ਕਵਲ ਕੌਰ ਆ, ਮੇਰੇ ਨਾਲ ਸਾਡੇ ਗੁਆਂਢ ਤੋਂ ਆਂਟੀ ਜੀ ਮਾਤਾ ਚਰਨਜੀਤ ਕੌਰ ਜੀ, ਉਮਰ 65 ਸਾਲ ਸੀਗੇ। ਅਸੀਂ ਰਸਤੇ ਵਿੱਚੋਂ ਦਵਾਈ ਲੈਂਦੇ ਆਉਂਦੇ ਸੀ, ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ, ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ। ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ, ਸਖਤੀ ਨਾਲ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਥੈਂਕ ਯੂ। ਹੋਇਆ ਰਸਤੇ 'ਚ ਆ ਰਿਹਾ ਸੀ, ਰੋਇਲ ਕੈਸਲੇ ਕੋਲ ਜਿਹੜੀ ਡੋਰ ਹੈ ਉਹ ਇਹਨਾਂ ਦੇ ਪੈਰਾਂ 'ਚ ਲਿਪਟ ਗਈ। ਅੱਛਾ ਜੀ। ਲਿਪਟਣ ਕਰਕੇ ਉਹਨੇ ਕਾਫੀ ਮਤਲਬ ਨੁਕਸਾਨ ਪਿਆ। ਕਿੱਥੋਂ ਕਿੱਥੇ ਜਾ ਰਹੇ ਸੀਗੇ? ਇਹ ਕਟਾਣੀ ਤੋਂ ਸਮਰਾਲੇ ਨੂੰ ਆ ਰਹੇ ਸੀਗੇ। ਤੇ ਰਹਿੰਦੇ ਕਿੱਥੇ ਨੇ? ਰਹਿੰਦੇ ਸਮਰਾਲੇ ਜਾਂ ਦਰਸ਼ਨਗਰ ਤੋਂ। ਕਿੰਨੀ ਕੁ ਉਮਰ ਹੈ ਇਹਨਾਂ ਦੀ? ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਆ। ਕਿੱਥੇ ਕਿੱਥੇ ਲੱਗੀ ਤੇ ਡੋਰ? ਕਿੱਥੇ ਵੱਡਾ ਡੋਰ ਨੇ? ਡੋਰ ਨੇ ਪੈਰਾਂ ਦੇ, ਦੋਹਾਂ ਪੈਰਾਂ ਦੇ। ਤੇ ਨਾਲ ਕੌਣ ਸੀ ਉਸ ਟਾਈਮ? ਨਾਲ ਸਾਡੇ ਮੇਰੀ ਮਨੋ ਰਾਣੀ ਸੀ। ਕਿਸ ਚੀਜ਼ ਤੇ ਸੀਗੇ ਉਹ? ਉਹ ਆਪਣੇ ਐਕਟਿਵਾ ਤੇ। ਤੇ ਹੁਣ ਹਸਪੀਟਲ ਲੈ ਕੇ ਆਏ ਹੋ, ਪੁਲਿਸ ਨੂੰ ਇਤਲਾਹ ਦਿੱਤੀ ਹੈ? ਨਹੀਂ, ਕੋਈ ਇਤਲਾਹ ਨਹੀਂ ਦਿੱਤੀ ਹਾਲੇ। ਡੋਰ ਕਿਹੜੀ ਸੀ? ਡੋਰ ਤਾਂ ਚਾਈਨਾ ਡੋਰ ਸੀ, ਤਾਸ਼ਕੇ ਡੋਰ ਸੀ। ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚਾਈਨਾ ਡੋਰ ਬਿਲਕੁਲ ਨਹੀਂ ਵੇਚਣੀ, ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਉਹਨਾਂ ਨਾਲ ਅਸੀਂ ਡਰੋਨ ਦੇ ਰਾਹੀਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ। ਸਾਡੇ ਸਿਸਟਮ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ। ਪਰ ਅੱਜ ਘਟਨਾ ਆਈ ਆ ਹਸਪੀਟਲ ਦੇ ਵਿੱਚ, ਇੱਕ ਬਜ਼ੁਰਗ ਲੇਡੀ ਜਿਹਦੇ ਦੋਨੇ ਪੈਰਾਂ ਦੇ ਉੱਪਰ ਡੋਰ ਫਿਰ ਗਈ ਹੈ, ਇੱਕ ਡੋਰ ਜਿਹੜੇ ਪੈਰ ਦੇ ਉੱਪਰ ਆ ਉਹ ਕਾਫੀ ਡੁੱਗੀ ਫਿਰੀ ਹੈ, ਜਿਹਦੇ ਨਾਲ ਉਹਦੇ 8ਵੀਂ ਤੱਕ ਵੱਢੀ ਗਈ ਹੈ। ਉਹ ਸਾਡੇ ਇਲਾਕੇ ਦੀ ਨਹੀਂ ਹੈ, ਪਰ ਮੈਂ ਮੌਕਾ ਜਾ ਕੇ ਦੇਖ ਕੇ ਤੁਹਾਨੂੰ ਫੇਰ ਹੀ ਕਲੀਅਰ ਕਰ ਸਕਦਾ ਵੀ ਕਿੱਥੇ ਦੀ ਹੈ। ਵੈਸੇ ਸਾਡੇ ਇਲਾਕੇ ਦੀ ਡੋਰ ਚਾਈਨਾ ਡੋਰ ਨਹੀਂ ਵਿਕਦੀ, ਹੋ ਸਕਦਾ ਕੋਈ ਬਾਹਰੋਂ ਕਿਸੇ ਨੇ ਚਾਈਨਾ ਡੋਰ ਕਿਸੇ ਬਾਹਰਲੇ ਇਲਾਕੇ ਤੋਂ ਲਿਆਂਦੀ ਹੋਵੇ। ਸਖਤ ਐਕਸ਼ਨ ਲਿਆ ਜਾਊਗਾ। ਉਹ ਆਲਰੇਡੀ ਅਸੀਂ ਸਾਰੇ ਲੋਕਾਂ ਨੂੰ ਦੱਸ ਵੀ ਚੁੱਕੇ ਹਾਂ, ਹਦਾਇਤ ਵੀ ਕਰ ਚੁੱਕੇ ਹਾਂ ਵੀ ਕਿਹੜੇ ਕਿਹੜੇ ਧਾਰਾ ਦੇ ਤਹਿਤ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ। ਜੇ ਬੱਚੇ ਵੀ ਫੜੇ ਗਏ ਉਹਨਾਂ ਦੇ ਮਾਂ ਪਿਓ ਦੇ ਖਿਲਾਫ ਵੀ ਤੇ ਬੱਚਿਆਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ। ਇੱਕ ਸਾਡੇ ਕੋਲ ਪੇਸ਼ੈਂਟ ਆਇਆ ਜੀ, ਚਰਨਜੀਤ ਕੌਰ ਨਾ, 40 ਸਾਲ ਦੀ ਫੀਮੇਲ ਹੈ ਜੀ, ਤੇ ਦਰਸ਼ਨ ਨਗਰ ਤੋਂ, ਸਮਰਾਲਾ ਤੋਂ, ਤੇ ਉਹ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ। ਸਕੂਟਰੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ, ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ, ਕਾਫੀ ਖੂਨ ਵੀ ਨਿਕਲਿਆ ਹੈਗਾ, ਤੇ ਅਸੀਂ ਬਸ ਥੋੜੀ ਦੇਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਹਟੇ ਆ, ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ। ਹੁਣ ਜਸਟ ਇਹ ਹੈ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ, ਰਿਕੁਐਸਟ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕੰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਰ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ 'ਤੇ ਲਗਾਮ ਲਗਾਉਣੀ ਹੈ, ਉਹਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਅਤੇ ਇਹਨੂੰ ਤੰਦਰੁਸਤ ਕਰਨ, ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤਾਂ ਅਗਲੀ ਆਉਣ ਵਾਲੇ ਟਾਈਮ 'ਤੇ ਨਾ ਹੋਣ। ਕੁਛ ਪਤਾ ਲੱਗਿਆ ਕਿੱਥੇ ਹੋਇਆ? ਇਹ ਸਕੂਟਰੀ 'ਤੇ ਜਾ ਰਹੇ ਸੀ ਜੀ, ਉੱਥੇ ਕਿਤੇ ਹੋਇਆ ਐਗਜੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ, ਪਰ ਸਕੂਟਰੀ 'ਤੇ ਜਾ ਰਹੇ ਸੀ, ਉੱਥੇ ਪੈਰ ਦੇ ਨੀਚੇ ਉਹਨਾਂ ਦੇ ਫਸ ਗਈ ਡੋਰ, ਅਤੇ ਉਹ ਬਸ ਤੁਹਾਨੂੰ ਪਤਾ ਹੈਗਾ, ਅਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਏ ਹੋਏ ਸੀ, ਬੂਟ ਵੀ ਚੀਰੇ ਗਏ ਉਹਨਾਂ ਦੇ, ਅਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ, ਪਰ ਐਗਜੈਕਟਲੀ ਮੈਂ ਪੁੱਛ ਕੇ ਤੁਹਾਨੂੰ ਦੱਸ ਦਾਂਗਾ।